ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਮੀਲ ਯੂਐਸਟੀਵੀ ਮੈਂ ਸਰਬੀ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪੇਸ਼ ਆਂ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਤੇ ਚੌਹੰਗੀਆਂ ਖਬਰਾਂ ਬੰਬਈ ਅਤਵਾਦੀ ਹਮਲੇ 'ਚ ਅਮਰੀਕੀ ਅਦਾਲਤ ਨੇ ਰਾਣਾ ਦੀ ਪਟੀਸ਼ਨ ਕੀਤੀ ਰੱਦ ਭਾਰਤ ਹਵਾਲੇ ਕਰਨ ਦਾ ਰਾ ਪੱਤਰ ਫਲਾਈਟ 'ਚ ਬੰਬ ਦੀ ਧਮਕੀ ਨਿਕਲੀ ਫਰਜ਼ੀ ਨਹੀਂ ਮਿਲੀ ਕੋਈ ਸ਼ੱਕੀ ਵਸਤੂ ਪੁਲਿਸ ਨੇ ਕੀਤਾ ਕੇਸ ਦਰਜ ਸਰਸਮਤੀ ਦੇ ਨਾਲ ਚੁਣੀਆਂ ਪੰਚਾਇਤਾਂ ਨੂੰ ਨਹੀਂ ਮਿਲੀ ਵਿਸ਼ੇਸ਼ ਗਾਰੰਟੀ ਚੰ드ਰੀਆਨ ਤੋਂ ਵੱਖ ਹੋਇਆ ਵਿਕਰਮ ਲੈਂਡਰ ਨਹੀਂ ਰੁਕ ਰਿਹਾ ਰਾਜਪਾਲ ਤੇ ਸੀਐਮ ਦੇ ਵਿਚਾਲੇ ਕਲੇਸ਼ ਪ੍ਰੋਹਿਤ ਨੇ ਕਿਹਾ ਕਿ ਰਾਜਪਾਲ ਨੇ ਬਾਹਰ ਰੱਖੀਆਂ ਤੋਪਾਂ ਤੋਂ ਡਰਦੇ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਚੰਡੀਗੜ੍ਹ ਚੋਂ ਐ ਪੇਸ਼ੀ ਵਾਪਸ ਭੇਜਿਆ ਗਿਆ ਬਠਿੰਡਾ ਜੇਲ੍ਹ ਹੋਣ ਖਬਰਾਂ ਵਿਸਤਾਰ ਦੇ ਨਾਲ ਅਮਰੀਕਾ ਦੀ ਅਦਾਲਤ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਤਹਿਵੂਰ ਰਾਣਾ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ਨਾਲ ਉਸ ਨੂੰ ਭਾਰਤ ਹਵਾਲੇ ਕਰਨ ਲਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਵੱਲੋਂ ਸਰਟੀਫਿਕੇਟ ਜਾਰੀ ਕਰਨ ਦਾ ਰਾ ਪਦਰਾ ਹੋ ਗਿਆ ਹੈ 10 ਅਗਸਤ ਦੇ ਹੁਕਮ ਦੇ ਵਿੱਚ ਕੋਲੰਬੀਆ ਦੇ ਸੈਂਟਰਲ ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਯੂਨਾਈਟਿਡ ਸਟੇਟ ਡਿਸਟ੍ਰਿਕਟ ਆਫ ਕੋਲੰਬੀਆ ਦੇ ਜੱਜ ਡੇਲ ਐਸ ਫਿਸ਼ਰ ਨੇ ਲਿਖਿਆ ਹੈ ਕਿ ਇੱਕ ਵੱਖਰੇ ਹੁਕਮ ਦੇ ਵਿੱਚ ਅਦਾਲਤ ਨੇ ਤਹਿਵੂਰ ਰਾਣਾ ਦੀ ਪਟੀਸ਼ਨ ਖਾਜ ਕਰ ਦਿੱਤੀ ਹੈ ਰਾਣਾ ਨੇ ਇਸ ਵਿਰੁੱਧ ਪਟੀਸ਼ਨ ਦਾਇਰ ਕਰ ਦਿੱਤੀ ਹੈ ਉਸ ਨੇ ਇਸ ਵਿੱਚ ਕਿਹਾ ਹੈ ਕਿ ਇਸ ਪਟੀਸ਼ਨ ਦੀ ਸੁਣਵਾਈ ਹੋਣ ਤੱਕ ਉਸ ਦੀ ਭਾਰਤ ਹਵਾਲਗੀ ਤੇ ਰੋਕ ਲਗਾਈ ਜਾਵੇ ਦਿੱਲੀ 에어ਪੋਰਟ ਉੱਤੇ ਵਿਸਤਾਰ ਦੀ ਫਲਾਈਟ ਨੂੰ ਬੰਬ ਦੀ ਧਮਕੀ ਦਿੱਤੀ ਗਈ ਜਿਸ ਤੋਂ ਬਾਅਦ ਹੜਕਮ ਮਚ ਗਿਆ ਸ਼ੁੱਕਰਵਾਰ ਨੂੰ ਦਿੱਲੀ ਪੂਨੇ ਫਲਾਈਟ ਨੂੰ ਬੰਬ ਦੇ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਸੀ ਫਲਾਈਟ ਦੇ ਪਹੁੰਚਦੇ ਹੀ ਜਾਂਚ ਸ਼ੁਰੂ ਕਰ ਦਿੱਤੀ ਗਈ ਕਿ ਉਸ ਦੇ ਵਿੱਚ ਕੋਈ ਬੰਬ ਸੀ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਸੁਰੱਖਿਅਤ ਉਤਾਰ ਲਿਆ ਗਿਆ ਹਵਾਈ ਅੱਡੇ ਤੇ ਆਈਸੋਲੇਸ਼ਨ ਵੇਚ ਜਹਾਜ਼ ਦੀ ਜਾਂਚ ਚੱਲ ਰਹੀ ਹੈ ਉੱਤੇ ਹੀ ਯਾਤਰੀਆਂ ਨੂੰ ਉਹਨਾਂ ਦੇ ਸਮਾਨ ਸਮੇਤ ਸੁਰੱਖਿਅਤ ਉਤਾਰ ਲਿਆ ਗਿਆ ਹੈ जीएमआर कॉल सेंटर ਨੂੰ ਸ਼ੁੱਕਰਵਾਰ ਸਵੇਰੇ ਪੋਨਿਕ 9 ਵਜੇ ਦੇ ਕਰੀਬ ਫਲਾਈਟ ਦੇ ਵਿੱਚ ਬੰਬ ਹੋਣ ਦੀ ਸੂਚਨਾ ਮਿਲੀ ਹੁਣ ਤੱਕ ਦੀ ਜਾਂਚ ਦੇ ਵਿੱਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ ਜਹਾਜ਼ ਦੇ ਵਿੱਚ ਕੋਈ ਸ਼ੱਕੂ ਸ਼ੱਕੀ ਵਸਤੂ ਨਹੀਂ ਮਿਲੀ ਹੈ ਫਲਾਈਟ ਦੇ ਅੰਦਰ ਅਤੇ ਬਾਹਰ ਬਾਰੀਕੀ ਦੇ ਨਾਲ ਤਲਾਸ਼ੀ ਲਈ ਗਈ ਹੈ ਪਰ ਕੋਈ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਮਿਲੀ ਪੁਲਿਸ ਦੇ ਮੁਤਾਬਿਕ ਫਲਾਈਟ 'ਚ ਕੁਝ ਵੀ ਸ਼ੱਕੀ ਨਹੀਂ ਮਿਲਿਆ ਤਲਾਸ਼ੀ ਮੁਹਿੰਮ ਨੂੰ ਰੱਦ ਕਰ ਦਿੱਤਾ ਗਿਆ ਅਤੇ ਬੰਬ ਕੋਲ ਨੂੰ ਇੱਕ ਫਰਜ਼ੀ ਕੋਲ ਘਰਾਰ ਦਿੱਤਾ ਗਿਆ। ਦਿੱਲੀ ਪੁਲਿਸ ਫਰਜ਼ੀ ਕੋਲ ਕਰਕੇ ਬੰਬ ਬਾਰੇ ਝੂਠੀ ਜਾਣਕਾਰੀ ਦੇਣ ਦੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਕਰਕੇ ਕੋਲ ਕਰਨ ਵਾਲੇ ਦੀ ਪਛਾਣ ਕਰ ਰਹੀ ਹੈ। ਪੰਜਾਬ ਦੇ ਵਿੱਚ ਹਰ ਮੁੱਖ ਮੰਤਰੀ ਸਰਬਸਮਤੀ ਦੇ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਲੱਖਾਂ ਰੁਪਏ ਦੇਣ ਦਾ ਦਾਵਾ ਕਰਦੇ ਆ ਰਹੇ ਹਨ। ਪਰ ਦਿਲਚਸਪ ਗੱਲ ਇਹ ਹੈ ਕਿ ਮਾਲਵਾ ਖੇਤਰ ਦੇ ਵਿੱਚ ਸਰਬਸਮਤੀ ਦੇ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ ਅਕਾਲੀਆਂ ਦੇ 10 ਸਾਲਾਂ ਦੇ ਰਾਜ ਦੌਰਾਨ ਅਤੇ ਕਾਂਗਰਸ ਦੇ ਪਿਛਲੇ 5 ਸਾਲਾਂ ਦੌਰਾਨ ਕੋਈ ਵੀ ਪੈਸਾ ਨਹੀਂ ਮਿਲਿਆ ਸਰਬਸਮਤੀ ਦੇ ਨਾਲ ਚੁਣੀਆਂ ਗਈਆਂ ਇਹ ਪੰਚਾਇਤਾਂ ਪਿਛਲੇ 15 ਸਾਲਾਂ ਤੋਂ ਅਜਹੀਆਂ ਗ੍ਰਾਂਟਾ ਲੈਣ ਦੇ ਲਈ ਸਰਕਾਰੀ ਦਰਬਾਰੇ ਯਤਨ ਕਰਦੀਆਂ ਆ ਰਹੀਆਂ ਹਨ ਜ਼ਿਕਰ ਹੋਇਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸਾਲ 15 ਅਗਸਤ ਨੂੰ ਸਰਬਸੰਮਤੀ ਦੇ ਨਾਲ ਚੁਣੀਆਂ ਜਾਣ ਵਾਲੀਆਂ ਪੰਚਾਇਤਾਂ ਨੂੰ 5-5 ਲੱਖ ਰੁਪਏ ਦੇਣ ਦਾ ਦਾਅਵਾ ਕੀਤਾ ਹੈ ਪਰ ਦੇਖਣਾ ਬੰਦ ਹੈ ਕਿ ਮੁੱਖ ਮੰਤਰੀ ਦਾ ਇਹ ਦਾਅਵਾ ਅਮਲ ਵਿੱਚ ਆਉਂਦਾ ਹੈ ਜਾਂ ਨਹੀਂ ਜ਼ਿਲ੍ਹੇ ਮਾਨਸਾ ਦੇ ਵਿੱਚ 30 ਦਸੰਬਰ 2018 ਨੂੰ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਸਰਸਮਤੀ ਦੇ ਨਾਲ ਬਣਨ ਵਾਲੀਆਂ ਪੰਚਾਇਤਾਂ ਦੀ ਗਿਣਤੀ ਉਸ ਤੋਂ ਪਿਛਲੇ ਅਕਾਲੀ ਸਰਕਾਰ ਨਾਲੋਂ ਵੱਧ ਕੇ 23 ਤੋਂ 32 ਹੋ ਗਈ ਸੀ ਪਰ ਇਨਾਂ ਸਾਰੀਆਂ ਪੰਚਾਇਤਾਂ ਨੂੰ ਸਰਸਮਤੀ ਦੇ ਨਾਲ ਚੁੜੇ ਜਾਣ ਤੋਂ ਬਾਅਦ ਵੀ ਕੋਈ ਪੈਸਾ ਨਹੀਂ ਮਿਲਿਆ ਮਾਨਸਾ ਦੇ ਕਾਂਗਰਸੀ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਉਹ ਹਰ ਵਾਰ ਸਰਸਮਤੀ ਨਾਲ ਚੁਣੀਆਂ ਪੰਚਾਇਤਾਂ ਦੇ ਕੇਸ ਉੱਪਰ ਭੇਜਦੇ ਰਹੇ ਹਨ ਪਰ ਕੋਈ ਗਾਰੰਟ ਨਹੀਂ ਦਿੱਤੀ ਕਿ 2007 ਦੇ ਵਿੱਚ ਕਾਲੀ ਸਰਕਾਰ ਬਣਨ ਤੋਂ ਬਾਅਦ ਜਦੋਂ ਪੰਚਾਇਤੀ ਚੋਣਾਂ ਹੋਈਆਂ ਉਦੋਂ ਇਸ ਜ਼ਿਲ੍ਹੇ ਦੇ 50 ਪਿੰਡਾਂ ਦੇ ਵਿੱਚ ਸਰਸਮਤੀ ਹੋਈ ਸੀ ਅਤੇ ਉਦੋਂ ਹੁਣ ਵਾਂਗ ਸਰਕਾਰ ਵੱਲੋਂ ਬਿਨਾਂ ਵੋਟਾਂ ਤੋਂ ਪੰਚਾਇਤ ਚੁਣੀ ਜਾਣ ਲਈ 22 ਲੱਖ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦੇਣ ਦਾ ਦਾਵਾ ਕੀਤਾ ਗਿਆ ਸੀ ਪਰ ਉਸ ਵੇਲੇ ਵੀ ਕੋਈ ਪੈਸਾ ਨਹੀਂ ਦਿੱਤਾ ਗਿਆ ਉਸ ਵੇਲੇ ਦੇ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ ਵਾਰ-ਵਾਰ ਸਰਸਮਤੀ ਰਵਾਲੀਆਂ ਪੰਚਾਇਤਾਂ ਨੂੰ ਗ੍ਰਾਂਟ ਦਿਵਾਉਣ ਦੇ ਲਈ ਹਰ ਸਿਮਰਤ ਕੋਰ ਬਾਦਲ ਅਤੇ ਪੰਚਾਇਤ ਮੰਤਰੀ ਨੂੰ ਮਿਲਦੇ ਰਹੇ ਪਰ ਕੋਈ ਨਤੀਜਾ ਨਾ ਨਿਕਲਿਆ ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਕਿਹਾ ਕਿ Chandrayaan 3 ਦਾ ਲੈਂਡਰ ਯਾਨੀ ਕਿ ਵਿਕਰਮ ਪ੍ਰੋਪੋਰਸ਼ਨਲ ਮੋਡੀਊਲ ਤੋਂ ਸਫਲਤਾਪੂਰਵਕ ਵਾਖ ਹੋ ਗਿਆ ਹੈ ਹੁਣ ਲੈਂਡਰ ਵਿਕਰਮ ਅਤੇ ਰੋਵਰ ਚੰਦਰਮਾ ਦੇ ਐਨ ਨੇੜੇ ਪਹੁੰਚਣ ਦੇ ਲਈ ਤਿਆਰ ਹਨ ਚੰਨ ਦੇ ਦੱਖਣੀ ਧਰੂਵ ਉਤੇ ਸੌਫਟ ਲੈਂਡਿੰਗ 23 ਅਗਸਤ ਨੂੰ ਹੋਣ ਦੀ ਸੰਭਾਵਨਾ ਹੈ ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਹੈ ਕਿ ਲੈਂਡਰ ਮੋਡਿਊਲ ਲੈ ਕੇ ਹੈ ਕਿ ਸਫਰ ਦੇ ਲਈ ਧੰਨਵਾਦ ਉਸ ਲੈਂਡਰ ਮੋਡਿਊਲ ਪ੍ਰੋਪਲਸ਼ਨਸ ਮੋਡਿਊਲ ਤੋਂ ਸਫਲਤਾਪੂਰਵਕ ਵਾਕ ਹੋ ਗਿਆ ਹੈ ਲੈਂਡਰ ਮੋਡਿਊਲ ਤੇ ਭਾਰਤੀ ਸਮੇਂ ਮੁਤਾਬਕ ਕਰੀਬ 4 ਵਜੇ ਦੀ ਬੂਸਟਿੰਗ ਹੋਲੀ ਕਰਨ ਦੀ ਪ੍ਰਕਿਰਿਆ ਤੋਂ ਗੁਜ਼ਰਦਾ ਚੰਦਰਮਾ ਦੇ ਥੋੜੇ ਹੇਠਲੇ ਪੰਧ ਚ ਉਤਰਨ ਦੀ ਸੰਭਾਵਨਾ ਹੈ ਬੁਲਾਰ ਏਜੰਸੀ ਨੇ ਇਹ ਵੀ ਕਿਹਾ ਹੈ ਕਿ ਪ੍ਰੋਪਲਸ਼ਨ ਮੋਡਿਊਲ ਪੰਧ ਤੇ ਮਹੀਨਿਆਂ ਸਾਲਾਂ ਦਾ ਸਫ਼ਰ ਜਾਰੀ ਰੱਖੇਗਾ ਚੰ드ਰੀਅਨ 3 ਪਿਛਲੇ ਮਹੀਨੇ 14 ਜੁਲਾਈ ਨੂੰ ਉਡਾਨ ਭਰਨ ਮਗਰੋਂ 5 ਅਗਸਤ ਨੂੰ ਚੰ드ਰਮਾ ਦੇ ਪੰਧ ਜਿੱਤਖਲ ਹੋਇਆ ਸੀ ਇਸ ਮਗਰੋਂ ਉਹ 6, 9 ਅਤੇ 14 ਅਗਸਤ ਨੂੰ ਚੰ드ਰਮਾ ਦੇ ਅਗਲੇ ਪੰਧਾਂ 'ਚ ਦਾਖਲ ਹੋਇਆ ਸੀ ਅਤੇ ਫਿਰ ਉਹ ਉਸ ਦੇ ਹੋਰ ਨੇੜੇ ਪਹੁੰਚਦਾ ਗਿਆ ਜਿਵੇਂ ਜਿਵੇਂ ਮਿਸ਼ਨ ਅੱਗੇ ਵਧਦਾ ਗਿਆ ਅਤੇ ਇਸਰੋ ਨੇ ਚੰ드ਰੀਅਨ 3 ਦੇ ਪੰਧ ਨੂੰ ਹੌਲੀ-ਹੌਲੀ ਘਟਾਉਣਾ ਅਤੇ ਉਸ ਨੂੰ ਚੰ드ਰਮਾ ਦੇ ਤਰੂਵ ਬਿੰਦੂਆਂ ਤੇ ਤਾਇਨਾਤ ਕਰਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਹੈ ਚੰ드ਰੀਅਨ 1 ਦੇ ਪ੍ਰੋਜੈਕਟ ਡਾਇਰੈਕਟਰ ਐਮ ਅਨੰਦੁਰਾਈ ਨੇ ਕਿਹਾ ਕਿ ਇਹ ਬਹੁਤ ਵੱਡਾ ਪਲ ਹੈ ਅਤੇ ਇੱਥੇ ਪਤਾ ਲੱਗਦਾ ਹੈ ਕਿ ਲੈਂਡਰ ਕਿੰਨਾ ਵਧੀਆ ਕੰਮ ਕਰ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਸ਼ੁਰੂਆਤ ਹੈ ਅਤੇ ਅਸਲ ਕੰਮ ਹੁਣ ਸ਼ੁਰੂ ਹੋਵੇਗਾ ਅਸਲੀ ਅਸਲੀ ਮੈਚ ਹੁਣ ਸ਼ੁਰੂ ਹੋਵੇਗਾ ਅਤੇ ਇਹ ਫਾਈਨਲ ਓਵਰ ਹਨ ਇਹ ਬਹੁਤ ਵੱਡਾ ਪਲ ਹੈ ਪੂਰੀ ਦੁਨੀਆ ਦੀ ਨਜ਼ਰ ਵਿਕਰਮ ਅਤੇ ਪ੍ਰਗਿਆਨ ਤੇ ਲੱਗੀਆਂ ਹੋਈਆਂ ਹਨ ਜੇਕਰ ਲੈਂਡਰ ਚੰਦਰਮਾ ਤੇ ਸਫਲਤਾਪੂਰਵਕ ਉਤਰ ਗਿਆ ਤਾਂ ਚੰ드ਰੀਅਨ 3 ਦਾ ਮਿਸ਼ਨ ਸਫਲ ਰਹੇਗਾ ਜਿਸ ਦਾ ਮੁੱਖ ਉਦੇਸ਼ ਹੈ ਚੰਦਰਮਾ ਤੇ ਕੁਝ ਵਿਗਿਆਨਕ ਤਜਰਬੇ ਕਰਨਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਵਿਚਾਲੇ ਚੱਲ ਰਹੀ ਸ਼ਬਦੀ ਜੰਗ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀ ਹੈ ਦੋਵੇਂ 13 ਲਗਾਤਾਰ ਇੱਕ ਦੂਜੇ ਨੂੰ ਤਾਣੇ ਮਾਰ ਰਹੀਆਂ ਹਨ 70ਵੇਂ ਸੁਤੰਤਰਤਾ ਦਿਵਸ ਦੇ ਮੌਕੇ ਵੀ ਕੁਝ ਅਜੀਬ ਹੋਇਆ ਸੀਐਮ ਆਨ ਰਾਜਪਾਲ ਪ੍ਰੋਹਿਤ ਦੁਆਰਾ ਆਯੋਜਿਤ ਰਸਮੀ ਐਟ ਹੋਮ ਰਿਸੈਪਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਏ ਇਸੇ ਚੁਟਕੀ ਲੈਂਦਿਆਂ ਰਾਜਪਾਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਐਟ ਹੋਮ ਸਮਾਗਮ 'ਚ ਨਾ ਜਾਣਾ ਚੁਣਿਆ ਉਹਨਾਂ ਦਾ ਫੈਸਲਾ ਉਹਨਾਂ ਦੀ ਆਪਣੀ ਸਮਝ ਅਨੁਸਾਰ ਹੁੰਦਾ ਹੈ ਮੁੱਖ ਮੰਤਰੀ ਨੇ ਸ਼ਾਇਦ ਰਾਜ ਭਵਨ ਦੇ ਬਾਹਰ ਰੱਖੀਆਂ ਰਸਮੀ ਤੋਪਾਂ ਤੋਂ ਡਰਦਿਆਂ ਇਸ ਸਮਾਗਮ ਨੂੰ ਛੱਡਣ ਦਾ ਫੈਸਲਾ ਕੀਤਾ ਹੈ ਰਾਜਪਾਲ ਬਨਵਾਰੀ 라ਹਲ ਪ੍ਰੋਹਿਤ ਅਸਿੱਧੇ ਤੌਰ ਤੇ ਮੁੱਖ ਮੰਤਰੀ ਦੀ ਜੂਨ ਦੇ ਵਿੱਚ ਵਿਧਾਨ ਸਭਾ ਵਿੱਚ ਉਸ ਦੀ ਟਿੱਪਣੀ ਲਈ ਮਜ਼ਾਕ ਉਡਾਰੇ ਸਨ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਲੋਕਾਂ ਨੂੰ ਡਰਾਉਣ ਦੇ ਲਈ ਰਾਜ ਭਵਨ ਦੇ ਬਾਹਰ ਤੋਪਾਂ ਲਗਾਈਆਂ ਗਈਆਂ ਹਨ ਦੂਜੇ ਪਾਸੇ ਜਦੋਂ ਰਾਜਪਾਲ ਨੂੰ ਮੀਡੀਆ ਵੱਲੋਂ ਸੀਐਮ ਮਾਨ ਦੇ ਪ੍ਰੋਗਰਾਮ ਦੇ ਵਿੱਚ ਨਾ ਆਉਣ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਇਸ ਸਮਾਗਮ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਵੱਖ-ਵੱਖ ਪਤਵੰਤਿਆਂ ਨੂੰ ਸੱਦਾ ਦਿੱਤਾ ਗਿਆ ਸੀ ਮੁੱਖ ਮੰਤਰੀ ਦਫ਼ਤਰ ਨੇ ਵੀ ਸੱਦਾ ਪੱਤਰ ਮਿਲਣ ਦੀ ਪੁਸ਼ਟੀ ਕੀਤੀ ਸੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਜੂਨ ਦੇ ਵਿੱਚ ਹੋਏ ਵਿਧਾਨ ਸਭਾ ਸੈਸ਼ਨ ਦੌਰਾਨ ਸੀਐਮ ਮਾਨ ਤੇ ਉਹਨਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਗਾਇਆ ਸੀ ਰਾਜਪਾਲ ਨੇ ਵੀ ਕਿਹਾ ਸੀ ਕਿ ਉਹਨਾਂ ਲਈ અપਮਾਨਜਨਕ ਪਾਸ਼ਾ ਦੀ ਵਰਤੋਂ ਕੀਤੀ ਗਈ ਹੈ ਉਸ ਲਈ ਕਿਹਾ ਗਿਆ ਹੈ ਕਿ ਪੱਤਰ ਲਿਖਣਾ ਰਹਿੰਦਾ ਹੈ ਵੇਲਾ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਰਾਜਪਾਲ ਨੂੰ ਬਦਨਾਮ ਨਹੀਂ ਕਰ ਸਕਦਾ ਰਾਜਪਾਲ ਪ੍ਰੋਹਿਤ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਪਾਸ਼ਾ ਦਾ ਖਿਆਲ ਰੱਖਣਾ ਹੋਵੇਗਾ ਔਰ ਬਿਨਾ ਕਿਸੇ ਕਾਰਨ ਮੈਨੂੰ ਗਾਲ ਨਹੀਂ ਕੱਢ ਸਕਦੇ ਚੰਡੀਗੜ੍ਹ ਦੇ ਬੁਡੇਲ ਦੇ ਵਿੱਚ ਹੋਏ ਸੋਨੂ ਸ਼ਾ ਕਤਲ ਕੇਸ ਵਿੱਚ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਹੋਈ ਇਸ ਦੇ ਮੁੱਖ ਮਲਜ਼ਮ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਜ਼ਿਲ੍ਹਾ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਸ ਨੂੰ ਸਖਤ ਸੁਰੱਖਿਆ ਹੇਠ ਜ਼ਿਲ੍ਹਾ ਅਦਾਲਤ ਦੇ ਵਿੱਚ ਲਿਆਂਦਾ ਗਿਆ ਇੱਥੇ ਪਹਿਲਾ ਤੋਂ ਹੀ ਭਾਰੀ ਪੁਲਿਸ ਫੋਰਸ ਮੌਜੂਦ ਸੀ ਇਸ ਕਾਰਨ ਚੰਡੀਗੜ੍ਹ ਪੁਲਿਸ ਨੇ ਜ਼ਿਲ੍ਹਾ ਅਦਾਲਤ ਦੇ ਆਲੇ ਦੁਆਲੇ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਹੋਏ ਸਨ ਉਹਨਾਂ ਦੇ ਨਾਲ ਉਹਨਾਂ ਦੇ ਵਕੀਲਾਂ ਦੀ ਟੀਮ ਵੀ ਮੌਜੂਦ ਸੀ ਲੋਰੈਂਸ ਦੀ ਪੇਸ਼ੀ ਦੌਰਾਨ ਸੁਰੱਖਿਆ ਕਾਰਨਾਂ ਕਰਕੇ ਕਿਸੇ ਨੂੰ ਵੀ ਅਦਾਲਤ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਪੁਲਿਸ ਗੈਂਗਸਟਰ ਲੋਰੈਂਸ ਬਿਸ਼नोई ਨੂੰ ਪਟਿੰਡਾ ਜੇਲ੍ਹ ਤੋਂ ਚੰਡੀਗੜ੍ਹ ਲੈ ਕੇ ਆਈ ਸੀ ਸੈਕਟਰ 45 ਥਾਣੇ ਵਿੱਚ ਦਰਜ ਸੋਨੂ ਸ਼ਾਹ ਕਤਲ ਕੇਸ ਵਿੱਚ ਸੈਕਟਰ 45 ਪੁਲਿਸ ਨੇ ਚਾਰਜ ਸ਼ੀਟ ਦਾਖਲ ਕਰਨੀ ਸੀ ਪਰ ਸੁਣਵਾਈ ਦੌਰਾਨ ਪੁਲਿਸ ਵੱਲੋਂ ਚਾਰਜ ਸ਼ੀਟ ਦਾਖਲ ਕਰਨ ਦੇ ਲਈ ਕੁਝ ਸਮਾਂ ਮੰਗਿਆ ਗਿਆ ਇਸ ਤੇ ਅਦਾਲਤ ਨੇ ਪੁਲਿਸ ਦੀ ਮੰਗ ਮੰਨਦਿਆਂ ਅਗਲੀ ਸੁਣਵਾਈ 28 ਸਤੰਬਰ ਲਈ ਟ延 ਕੀਤੀ ਹੈ ਗੈਂਗਸਟਰ ਲੋਰੈਂਸ ਬਿਸ਼नोई ਨੂੰ ਵਾਪਸ ਪਟਿੰਡਾ ਜੇਲ੍ਹ ਭੇਜ ਦਿੱਤਾ ਗਿਆ ਬਿਆਸ ਕੰਡੇ ਵਸੇ ਪਿੰਡਾਂ ਦੇ ਵਿੱਚ ਹੜਾ ਦੀ ਤਬਾਹੀ جاری ਹੈ ਲੋਕਾਂ ਦੇ ਲਈ ਕੁਝ ਰਾਹਤ ਦੀ ਖਬਰ ਹੈ ਕਿ ਪੋਂਗ ਡੈਮ ਪ੍ਰਬੰਧਨ ਨੇ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ ਘਟਾ ਕੇ 80000 ਕਿਊਸਿਕ ਕਰ ਦਿੱਤੀ ਹੈ ਜਿਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ ਪਰ ਦੋ ਦਰਜਨ ਦੇ ਕਰੀਬ ਪਿੰਡ ਅਜੇ ਵੀ ਪਾਣੀ ਦੀ ਮਾਰ ਹੇਠ ਹਨ ਹੜ੍ਹ ਪ੍ਰਭਾਵਿਤ ਪਿੰਡਾਂ ਜਗਤਪੁਰ ਕਲਣਾ ਟਾਂਡਾ ਭੈਣੀ ਪਸਵਾਲ ਚੇਚੀਆਂ ਪਖੋਵਾਲ, ਦਾਉਵਾਲ, ਦਲੇਰਪੁਰ, ਖੇੜਾ, ਪਧਾਣਾ, ਸ਼ੀਨਾ, ਬੇਟ, ਨਡਾਲਾ, ਕੋਹਲਿਆ, ਚੱਕ ਸ਼ਰੀਫ, ਬਲਵੰਡਾ, ਚੰਡਾ, ਲੁਬਾਣਾ, ਪੈਣੀ, ਮੀਆਂ ਖਾਨ, ਆਦੀ ਪਿੰਡਾਂ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਵਾਂਗ ਬਰਕਰਾਰ ਹੈ। ਪ੍ਰਸ਼ਾਸਨ ਦੇ ਵੱਲੋਂ ਭਾਵੇਂ ਬਹੁਤ ਸਾਰੇ ਪਿੰਡ ਵਾਸੀਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ ਪਰ ਬਹੁਤ ਸਾਰੇ ਲੋਕ ਘਰ ਛੱਡ ਕੇ ਜਾਣ ਨੂੰ ਤਿਆਰ ਨਹੀਂ ਹਨ। ਨੌਜਵਾਨ ਅਤੇ ਐਨਡੀਆਰਐਫ ਦੀਆਂ ਟੀਮਾਂ ਵੱਲੋਂ ਹੁਣ ਤੱਕ 600 ਤੋਂ ਵੱਧ ਲੋਕਾਂ ਨੂੰ ਸੁਰੱਖਿਤੀ ਥਾਵਾਂ ਤੇ ਪਹੁੰਚਾਇਆ ਜਾ ਚੁੱਕਿਆ ਹੈ। ਪੋਂਗ ਡੈਮ ਤੋਂ ਪਾਣੀ ਦੀ ਮਾਤਰਾ ਘਟਾਉਣ ਦੇ ਨਾਲ ਹੜ ਪ੍ਰਭਾਵਿਤ ਬੇਟ ਖੇਤਰ 'ਚ ਪਾਣੀ ਦੀ ਕਮੀ ਆਵੇਗੀ ਅਤੇ ਤੁਸੀਂ ਡੈਮ ਦੇ ਵਿੱਚ ਪਈਆਂ ਦਰਾਰਾਂ ਨੂੰ ਪਰਣ ਦਾ ਕੰਮ ਵੀ ਸੋਖਾ ਹੋ ਜਾਵੇਗਾ। ਪਿੰਡ ਜਗਤਪੁਰ ਟਾਂਡਾ ਨੇੜੇ ਤੁਸੀਂ ਬੰਨ੍ਹ ਵਿੱਚ ਪਾੜ ਨੂੰ ਪਰਣ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਕरां ਖੇਤਾਂ ਕਾਰੋਬਾਰੀ ਥਾਵਾਂ ਅਤੇ ਸੜਕਾਂ ਤੇ ਅਜੇ ਵੀ 3 ਫੁੱਟ ਤੱਕ ਪਾਣੀ ਭਰਿਆ ਹੋਇਆ ਲੋਕਾਂ ਵਿੱਚ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਰੋਸ ਵੇਖਣ ਨੂੰ ਵੀ ਮਿਲ ਰਿਹਾ ਹੈ ਗੁਰਦਾਸਪੁਰ ਤੋਂ ਮੁਕੇਰੀਆਂ ਦਾ ਸਿੱਧਾ ਸੰਪਰਕ ਵੀ 2 ਦਿਨ ਤੋਂ ਟੁੱਟਿਆ ਹੋਇਆ ਹੈ ਪੋਂਗ ਡੈਮ ਤੋਂ 1 ਲੱਖ ਤੋਂ ਵੱਧ ਕਿਊਸਿਕ ਪਾਣੀ ਛੱਡਣ ਕਾਰਨ ਬਿਆਸ ਦਰਿਆ ਦੇ ਵਿੱਚ ਹੜ ਵਰਗੀ ਸਥਿਤੀ ਬਣ ਗਈ ਹੈ ਪਿੰਡ ਤਲਵਾੜਾ ਸਮਸ਼ਾ ਮਾੜੀ 부ਚੀਆਂ ਮੰਡ ਭੋਲ ਬਾਗੇ ਬੱਲੜਵਾਲ ਨਵਾਂ ਬੱਲੜਵਾਲ ਸਮਰਾਏ ਤਕੋਹਾ ਖਾਨਪੂਰ ਜੋਦਾਸ ਮੇਤ ਹੋਰਨਾ ਪਿੰਡਾਂ ਦੇ ਸੈਂਕੜੇ ਏਕੜ ਫਸਲਾਂ 'ਚ 6 ਤੋਂ 7 ਫੁੱਟ ਪਾਣੀ ਭਰ ਗਿਆ ਹੈ ਅਤੇ ਦਰਜਨਾ ਪਿੰਡਾਂ ਦੇ ਲੋਕ ਸਹਿਮੇ ਹੋਣ ਬਟਾਲਾ ਪ੍ਰਸ਼ਾਸਨ ਵੱਲੋਂ ਵੀ ਖੇਤਾਂ ਦੇ ਵਿੱਚ ਬਣੇ ਕਾਰਾਂ 'ਚ ਰਹਿੰਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆਂਦਾ ਜਾ ਰਿਹਾ ਹੈ ਕਿਸਾਨ ਦੀ ਪੁੱਤਾ ਵੰਗ ਪਾਲੀ ਫਸਲ ਹੜ੍ਹ ਦੀ ਪੇਟ ਚੜ ਗਈ ਹੈ ਉਹਨਾਂ ਨੇ ਵੀ ਦੱਸਿਆ ਹੈ ਕਿ ਪਿਛਲੇ ਮੀਂਹ ਦੇ ਮੁਕਾਬਲੇ ਇਸ ਵਾਰ ਪਹਿਲਾ ਨਾਲੋਂ ਵੀ ਭਿਆਨਕ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਗਿਰਦਾਵਰੀ ਕਰਵਾ ਉਹਨਾਂ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਵੇ ਇਸ ਵਾਰ ਤਾਂ ਫਸਲਾਂ ਪੂਰੀ ਹੀ ਡੁੱਬ ਗਈਆਂ ਹਨ ਉਧਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਨੇ ਬਿਆਸ ਦਰਿਆ ਨੇੜੇ ਗੁਜਰਾ ਦੇ ਡੇਰਿਆਂ ਨੂੰ ਖਾਲੀ ਕਰਵਾ ਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਇਸ ਵਾਰ ਕਰਾਂ ਦਾ ਭਾਰੀ ਨੁਕਸਾਨ ਹੋਣ ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪਦਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਮਾਮਲੇ ਤੇ ਪਾਰਟੀ ਵਿਚਾਲੇ ਟਕਸਾਲੀਆਂ ਦੇ ਵੱਡੇ ਟੜੇ ਅਤੇ ਅਕਾਲੀ ਦਲ ਦੇ ਕਾਂਗਰਸ ਪਿਛੋਕੜ ਵਾਲੇ ਸਿਆਸੀ ਆਗੂਆਂ ਦਰਮਿਆਨ ਖਿੱਚੋਤਾਣ ਦਾ ਮਾਹੌਲ ਹੈ ਪਾਰਟੀ ਸੂਤਰਾਂ ਅਨੁਸਾਰ ਨਵ ਨਿਯੁਕਤ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਈ ਕਮਾਂਡ ਦੇ ਨਾਲ ਸਲਾਹ مشਵਰੇ ਤੋਂ ਬਾਅਦ ਸੂਬਾ ਪਦਰੀ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਦੇ ਲਈ ਸੂਚੀਆਂ ਨਵੀਂ ਦਿੱਲੀ ਭੇਜ ਦਿੱਤੀਆਂ ਗਈਆਂ ਹਨ ਪਾਰਟੀ ਦੇ ਕੌਮੀ ਆਗੂਆਂ ਵੱਲੋਂ ਟਕਸਾਲੀਆਂ ਤੇ ਦਲ ਬਦਲਣ ਵਾਲਿਆਂ 'ਚ ਸੰਤੁਲਨ ਬਣਾਏ ਜਾਣ ਤੇ ਯਤਨ ਕੀਤੇ ਜਾ ਰਹੇ ਹਨ ਤਾਂ ਜੋ ਪਾਰਟੀ ਅੰਦਰ ਚੱਲ ਰਹੀ ਠੰਡੀ ਜੰਗ ਨੂੰ ਸ਼ਾਂਤ ਕੀਤਾ ਜਾ ਸਕੇ ਪਾਰਟੀ ਆਗੂਆਂ ਨੂੰ ਅਨੁਸਾਰ ਨਵੇਂ ਜਥੇਬੰਦਕ ਢਾਂਚੇ ਦੇ ਗਠਨ ਦਾ ਐਲਾਨ ਕੁਝ ਦਿਨਾਂ ਤੱਕ ਕੀਤੇ ਜਾਣ ਦੇ ਆਸਾਰ ਹਨ ਸੂਤਰਾਂ ਦੇ ਅਨੁਸਾਰ ਅਕਾਲੀ ਪਿਸ਼ੋਕਣ ਵਾਲੇ ਇੱਕ ਆਗੂ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਨਿਯੁਕਤ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ ਸ੍ਰੀ ਜਾਖੜ ਵੱਲੋਂ ਇਸ ਆਗੂ ਦੀ ਨਿਯੁਕਤੀ ਦੇ ਲਈ ਪੈਰਵੀ ਕੀਤੀ ਜਾ ਰਹੀ ਹੈ ਜਦੋਂ ਕਿ ਟਕਸਾਲੀ ਆਗੂਆਂ ਵੱਲੋਂ ਇਸ ਆਗੂ ਨੂੰ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਬੇहद ਕਰੀਬੀ ਰਿਆ ਹੋਣ ਦਾ ਦੋਸ਼ ਲਾ ਕੇ ਨਿਯੁਕਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਮਹੱਤਵਪੂਰਨ ਤੱਥ ਇਹ ਵੀ ਹੈ ਕਿ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਜਥੇਬੰਦਕ ਢਾਂਚੇ ਵਿੱਚ ਦਲ ਬਦਲਣ ਵਾਲਿਆਂ ਨੂੰ ਥਾਂ ਦੇ ਦਿੱਤੀ ਗਈ ਹੈ ਥਾਂ ਦੇ ਦਿੱਤੀ ਗਈ ਸੀ ਪਰ ਅਕਾਲੀ ਤੇ ਕਾਂਗਰਸੀ ਪਿਛੋਕੜ ਵਾਲਿਆਂ ਦੀ ਪਾਰਟੀ ਦਫ਼ਤਰ ਅਤੇ ਮੀਟਿੰਗ ਵਿੱਚ ਕੋਈ ਸੱਦ ਪੁਸ਼ ਨਹੀਂ ਸੀ ਇਸ ਕਰਕੇ ਦਲ ਬਦਲੂ ਆਗੂ ਪਾਛਵਾ ਵਿੱਚ ਆਉਣ ਤੋਂ ਬਾਅਦ ਵੀ ਕੁੱਟਨ ਮਹਿਸੂਸ ਕਰ ਰਹੇ ਸਨ ਕਾਂਗਰਸ ਪਿਛੋਕੜ ਵਾਲੇ ਸੁਨੀਲ ਜਾਖੜ ਦੇ ਪਾਜਪਾ ਦਾ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਨਵੇਂ ਪਾਜਪਾਈਆਂ ਦੀ ਪਾਰਟੀ ਅੰਦਰ ਉਫਤ ਵੱਧਣ ਲੱਗੀ ਹੈ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਦੱਸਿਆ ਹੈ ਕਿ ਸ੍ਰੀ ਜਾਖੜ ਵੱਲੋਂ ਸੰਸਦੀ ਚੋਣਾਂ ਤੱਕ ਪਾਰਟੀ ਦਾ ਜਥੇਬੰਦਕ ਢਾਂਚਾ ਪੂਰੀ ਤਰ੍ਹਾਂ ਮਜ਼ਬੂਤ ਕਰਨ ਦੇ ਲਈ ਹਾਈ ਕਮਾਂਡ ਤੋਂ ਵੱਖ-ਵੱਖ ਵਿੰਗਾਂ ਖਾਸ ਕਰ ਯੂਥ ਵਿੰਗ ਅਨੁਸੂਚਿਤ ਜਾਤੀ ਵਿੰਗ ਮਹਿਲਾ ਵਿੰਗ ਆਦਿ ਦੇ ਨਵੇਂ ਪ੍ਰਧਾਨ ਨਿਯੁਕਤ ਕਰਨ ਤੇ ਵਿਜ਼ੋਰ ਦਿੱਤਾ ਜਾ ਰਿਹਾ ਹੈ ਸੰਸਦੀ ਚੋਣਾਂ ਦੇ ਵਿੱਚ ਮਹਿਜ 8 ਕੁ ਮਹੀਨੇ ਦਾ ਸਮਾਂ ਬਾਕੀ ਹੈ ਤੇ ਸ੍ਰੀ ਜਾਖੜ ਦੇ ਲਈ ਚੁਣੌਤੀਆਂ ਵਧੇਰੇ ਹਨ। ਪਾਰਟੀ ਅੰਦਰ ਜੋ ਸਥਿਤੀ ਬਣੀ ਹੋਈ ਹੈ ਉਸ ਮੁਤਾਬਿਕ ਸ੍ਰੀ ਜਾਖੜ ਦੀ ਨਿਯੁਕਤੀ ਤੋਂ ਬਾਅਦ ਭਗਵਾ ਪਾਰਟੀ ਵਿੱਚ ਕਤਾਰਬੰਦੀ ਸਪਸ਼ਟ ਤੌਰ ਤੇ ਦਿਖਾਈ ਦੇਣ ਲੱਗੀ ਹੈ। ਬਹਿਬਲ ਗੋਲੀकांड ਦੇ ਪੀੜਤਾ ਨੇ ਇੱਥੇ ਦੋਸ਼ ਲਾਇਆ ਕਿ ਸਾਬਕਾ ਜਾਂਚ ਅਧਿਕਾਰੀ ਆਈਟੀ ਕੋਰ ਵਿਜੇ ਪ੍ਰਤਾਪ ਸਿੰਘ ਨੇ ਪ੍ਰਭਾਵਸ਼ਾਲੀ ਮਲਜ਼ਮਾਂ ਦੇ ਖਿਲਾਫ ਜਾਣਬੁੱਝ ਕੇ ਅਦਾਲਤ ਚਲਾਨ ਪੇਸ਼ ਨਹੀਂ ਕੀਤਾ ਬਹਿਬਲ ਗੋਲੀकांड ਦੇ ਪੀੜਿਤ ਮਹਿੰਦਰ ਸਿੰਘ ਅਤੇ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਜਾਂਚ ਅਧਿਕਾਰੀ ਤੇ ਗਵਾਹਾਂ ਤੇ ਬਿਆਨ ਨੂੰ ਤੋੜ ਮਰੋੜ ਕੇ ਲਿਖਣ ਦੇ ਦੋਸ਼ਾ ਤਹਿਤ ਇੱਥੇ ਮੈਜਿਸਟ੍ਰੇਟ ਦੀ ਅਦਾਲਤ 'ਚ ਅਰਜ਼ੀ ਦਿੱਤੀ ਹੋਈ ਹੈ। ਇਸ ਅਰਜ਼ੀ ਤੇ ਪੀੜਿਤ ਤੇ ਸਰਕਾਰੀ ਅਤੇ ਜਾਂਚ ਅਧਿਕਾਰੀ ਦੀ ਬਹਿਸ ਹੋਈ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 23 ਅਗਸਤ ਨੂੰ ਕਰੇਗੀ। ਸੁਖਰਾਜ ਸਿੰਘ ਨਿਆਮੀ ਵਾਲਾ ਨੇ ਕਿਹਾ ਕਿ ਕੁਵਰ ਵਿਜੇ ਪ੍ਰਤਾਪ ਵੱਲੋਂ ਸਹੀ ਪੜਤਾਲ ਨਹੀਂ ਕੀਤੀ ਗਈ ਕਿਉਂਕਿ ਕੁਝ ਅਜਿਹੇ ਵਿਅਕਤੀਆਂ ਦੇ ਬਿਆਨ ਲਿਖੇ ਗਏ ਹਨ ਜੋ ਕੱਟਨਾ ਸਮੇਂ ਹਾਜ਼ਰ ਨਹੀਂ ਸਨ ਅਤੇ ਕੁਝ ਗਵਾਹਾਂ ਨੂੰ ਜਾਤੀ ਰੰਜਿਸ਼ ਤਹਿਤ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ ਪੀੜਤਾ ਨੇ ਸਵਾਲ ਕੀਤਾ ਹੈ ਕਿ ਜੇਕਰ ਜਾਂਚ ਅਧਿਕਾਰੀ ਕੋਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਖਿਲਾਫ ਪੂਕਤ ਸਬੂਤ ਸਨ ਤੇ ਅਦਾਲਤ ਚ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ ਪੀੜਤਾਂ ਨੇ ਅਲਾਨ ਕੀਤਾ ਕਿ ਜੇਕਰ ਬਹਿਬਲ ਗੋਲੀकांड ਦਾ ਅੰਤਿਮ ਚਲਾਨ ਜਲਦ ਪੇਸ਼ ਨਾ ਕੀਤਾ ਗਿਆ ਤਾਂ ਉਹ ਪਿੰਡ ਬਹਿਬਲ ਕਲਾਂ ਦੇ ਵਿੱਚ ਮੁਰ ਵਡਾ ਇਕੱਠ ਕਰਨਗੇ ਹਾਲਾਂਕਿ ਕੁਵਰ ਵਿਜੇਪਰਤਾਵ ਇਹਨਾਂ ਦੋਸ਼ਾਂ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ ਕੇਂਦਰ ਸਰਕਾਰ ਨੇ SIM ਕਾਰਡ ਅਤੇ WhatsApp account ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਹੈ ਕੇਂਦਰੀ ਮੰਤਰੀ ਅਸ਼wini Vaishnaw ਨੇ ਇਹ ਕਿਹਾ ਹੈ ਕਿ ਅਸੀਂ ਧੋਖੇ ਦੇ ਨਾਲ ਲਏ 52 ਲੱਖ ਕਨੈਕਸ਼ਨ ਦਾ ਪਤਾ ਲਗਾ ਕੇ ਉਹਨਾਂ ਨੂੰ ਬੰਦ ਕਰ ਦਿੱਤਾ ਹੈ ਮੋਬਾਈਲ SIM ਕਾਰਡ ਵੇਚਣ ਵਾਲੇ 6767000 ਲੀਡਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ ਮਈ 2023 ਤੋਂ ਹੁਣ ਤੱਕ SIM ਕਾਰਡ ਡੀਲਰਾਂ ਵਿਰੁੱਧ 300 FIR ਦਰਜ ਕੀਤੀਆਂ ਗਈਆਂ ਹਨ 66000 WhatsApp ਅਕਾਊਂਟ ਬਲੌਕ ਕਰ ਦਿੱਤੇ ਗਏ ਹਨ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਵੀ ਕਿਹਾ ਹੈ ਕਿ ਸਰਕਾਰ ਨੇ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਰੋਕਣ ਦੇ ਲਈ SIM ਕਾਰਡ ਡੀਲਰਾਂ ਦੀ ਪੁਲਿਸ ਤਸਦੀਕ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਬਲੋਕ ਕਨੈਕਸ਼ਨਾਂ ਦੀ ਵਿਵਸਥਾ ਨੂੰ ਵੀ ਰੋਕ ਦਿੱਤਾ ਹੈ। ਸਰਕਾਰ ਨੂੰ 76000 ਡੀਲਰਾਂ ਨੂੰ ਬਲੈਕਲਿਸਟ ਕੀਤਾ ਹੈ। ਮੰਤਰੀ ਨੇ ਕਿਹਾ ਕਿ WhatsApp ਨੇ ਆਪਣੇ ਆਪ ਹੀ ਲਗਭਗ 66000 ਖਾਤਿਆਂ ਨੂੰ ਬਲੋਕ ਕਰ ਦਿੱਤਾ ਜੋ ਧੋਖਾਧੜੀ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਸਨ। ਮੰਤਰੀ ਨੇ ਵੀ ਕਿਹਾ ਕਿ ਦੂਰ ਸੰਚਾਰ ਵਿਭਾਗ ਨੇ ਬਲਕ ਕਨੈਕਸ਼ਨਾਂ ਦੀ ਵਿਵਸਥਾ ਸਾਨੂੰ ਵੀ ਬੰਦ ਕਰ ਦਿੱਤਾ ਅਤੇ ਇਸ ਦੀ ਬਜਾਏ ਵਪਾਰਕ ਕਨੈਕਸ਼ਨਾਂ ਦੀ ਇੱਕ ਨਵੀਂ ਧਾਰਨਾ ਪੇਸ਼ ਕੀਤੀ ਜਾਵੇਗੀ। ਵੈਸ਼ਰੌਨ ਨੇ ਅੱਗੇ ਕਿਹਾ ਹੈ ਕਿ ਇਸ ਤੋਂ ਇਲਾਵਾ ਬਿਜ਼ਨਸ ਦੀ KYC ਸਿੰਮ ਲੈਣ ਵਾਲੇ ਵਿਅਕਤੀ ਦੀ KYC ਵੀ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਹੈ ਕਿ ਸਰਕਾਰ ਨੇ 52 ਲੱਖ ਮੋਬਾਈਲ ਕਨੈਕਸ਼ਨ ਕੱਟ ਦਿੱਤੇ ਹਨ। ਜਦ ਕਿ 76000 ਡੀਲਰਾਂ ਨੂੰ ਬਲੈਕਲਿਸਟ ਕੀਤਾ ਗਿਆ ਹੈ। ਮਈ 2023 ਤੋਂ ਹੁਣ ਤੱਕ SIM ਕਾਰ ਡੀਲਰਾਂ ਦੇ ਵਿਰੁੱਧ 300 ਅਫੇਅਰ ਦਰਜ ਕੀਤੇ ਗਏ ਹਨ। ਆਉਣ ਵਾਲੇ 5-6 ਦਿਨਾਂ ਤੱਕ ਸੂਬੇ ਪਾਰ ਦੇ ਕੁਝ ਇਲਾਕਿਆਂ 'ਚ ਹਲਕੇ ਤੋਂ ਦਰਮਿਆਣੀ ਮੀਂਹ ਦੀ ਸੰਭਾਵਨਾ ਹੈ ਇਸ ਦੌਰਾਨ ਵਧ ਤੋਂ ਵਧ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਦੇਖਣ ਨੂੰ ਨਹੀਂ ਮਿਲੇਗੀ ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਜ਼ਿਆਦਾਤਰ ਇਲਾਕਿਆਂ 'ਚ ਧੁੱਪ ਨਿਕਲੀ ਜਿਸ ਨਾਲ ਗਰਮੀ ਤੇ ਹੂਮਸ ਨੇ ਬੁਰੀ ਤਰ੍ਹਾਂ ਲੋਕਾਂ ਦਾ ਬਿਹਾਲ ਕਰ ਦਿੱਤਾ ਉਤੇ ਹੀ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਬੱਦਲ ਛਾਏ ਰਹੇ ਪਰ ਕੁਝ ਸਮੇਂ ਬਾਅਦ ਫਿਰ ਧੁੱਪ ਨਿਕਲ ਆਈ ਜ਼ਿਲ੍ਹਾ ਫਿਰੋਜ਼ਪੁਰ 'ਚ ਸਭ ਤੋਂ ਜ਼ਿਆਦਾ ਤਾਪਮਾਨ 37 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੁਸ਼ਿਆਰਪੁਰ 'ਚ 36 ਅੰਮ੍ਰਿਤਸਰ 'ਚ 36.8 ਲੁਧਿਆਣਾ 'ਚ 36 ਪਟਿਆਲਾ 'ਚ 36.4 ਫਰੀਦਕੋਟ 'ਚ 37.4 ਡਿਗਰੀ ਸੈਲਸੀਅਸ ਰਿਕਾਰਡ ਦਰਜ ਕੀਤਾ ਗਿਆ। ਜ਼ਿਲ੍ਹਾ ਗੁਰਦਾਸਪੁਰ 'ਚ ਪਿਛਲੇ 24 ਘੰਟਿਆਂ ਦੌਰਾਨ ਸਿਫਰ ਅਸ਼ਰੀਆ 5 ਮਿਲੀਮੀਟਰ ਮੀਂਹ ਪਿਆ ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਸਵੇਪਾਲ ਦੇ ਵਿੱਚ 23 ਅਗਸਤ ਤੱਕ ਕੁਝ ਇਲਾਕਿਆਂ 'ਚ ਹਲਕੇ ਤੋਂ ਦਰਮਿਆਨੀ ਮੀਂਹ ਪੈ ਸਕਦਾ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪੀ ਕੇ ਕਿੰਗਰਾ ਦਾ ਕਹਿਣਾ ਹੈ ਕਿ ਆਉਣ ਵਾਲੇ 5 ਦਿਨਾਂ ਤੱਕ ਮੌਸਮ ਵਿਭਾਗ ਦਾ ਕੋਈ ਖਾਸ ਅਲਰਟ ਨਹੀਂ ਹੈ ਸਵੇਪਾਲ 'ਚ ਕਿਤੇ ਕਿਤੇ ਸਿਰਫ ਹਲਕੇ ਮੀਂਹ ਦੀ ਸੰਭਾਵਨਾ ਹੈ ਜ਼ਿਲ੍ਹਾ ਅਦਾਲਤ ਵਿਰਵਾਰ ਨੂੰ ਦਿਨਪਰ ਸਖਤ ਸੁਰੱਖਿਆ ਹੇਠ ਕਈ ਗੈਂਗਸਟਰਾਂ ਨੂੰ ਅਲੱਗ-ਅਲੱਗ ਮਾਮਲਿਆਂ ਦੇ ਵਿੱਚ ਪੇਸ਼ ਕੀਤਾ ਗਿਆ। ਇੱਕ ਮਾਮਲੇ 'ਚ ਗਵਾਹ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਗੈਂਗਸਟਰ ਸੰਪਤ ਨਹਿਰਾ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਸੰਪਤ ਨਹਿਰਾ ਨੂੰ ਪੰਜਾਬ ਪੁਲਿਸ ਬਠਿੰਡਾ ਜੇਲ੍ਹ ਤੋਂ ਸਖਤ ਸੁਰੱਖਿਆ ਹੇਠ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਲਿਆਇਆ ਗਿਆ ਸੀ ਉਸ ਨੂੰ ਦੁਪਹਿਰ ਸਬਕ 2 ਵਜੇ ਜੱਜ ਜਸਪੀ ਸਿੰਘ ਮਨਹਾਸ ਦੀ ਕੋਰਟ ਵਿੱਚ ਪੇਸ਼ ਕੀਤਾ ਗਿਆ ਲਗਭਗ 5 ਮਿੰਟ ਕੋਰਟ ਪੇਸ਼ ਕਰਕੇ ਪੁਲਿਸ ਉਸ ਨੂੰ ਆਪਣੇ ਨਾਲ ਲੈ ਗਈ ਸੰਪਤ ਨਹਿਰਾ ਦੇ ਵਕੀਲ ਰਮਨ ਸਹਾਗਾ ਨੇ ਦੱਸਿਆ ਕਿ ਨਹਿਰਾ ਨੂੰ ਗਵਾਹ ਨੂੰ ਧਮਕਾਉਣ ਦੇ ਮਾਮਲੇ ਦੇ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਮਾਮਲੇ ਦੀ ਅਗਲੀ ਸੁਣਵਾਈ 29 ਅਗਸਤ ਨੂੰ ਹੋਵੇਗੀ ਜ਼ਿਕਰ ਹੋਇਆ ਹੈ ਕਿ ਗੈਂਗਸਟਰ ਸੰਪਤ ਨਹਿਰਾ ਖਿਲਾਫ ਸੈਕਟਰ 36 थाना ਪੁਲਿਸ ਨੇ 29 ਮਈ 2018 ਨੂੰ ਸੈਕਟਰ 45 ਵਾਸੀ ਮੁਹੰਮਦ ਕਲਾਮ ਦੀ ਸ਼ਿਕਾਇਤ ਜਾਨ ਨੂੰ ਮਾਰਨ ਦੀ ਧਮਕੀ ਦੀ ਸ਼ਿਕਾਇਤ ਕੇਸ ਦਰਜ ਕੀਤਾ ਸੀ ਪਾਠੀ ਸਿੰਘਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚ ਪਾਤੀ ਸਿੰਘਾਂ ਨੇ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਿਲਾਫ ਰੋਸ ਜਤਾਇਆ ਜਦੋਂ ਉਹਨਾਂ ਦੀ ਥਾਂ ਤੇ ਹੋਰਨਾਂ ਕੋਲੋਂ ਅਖੰਡ ਪਾਠ ਸ਼ੁਰੂ ਕਰਵਾਏ ਗਏ ਉਧਰ ਛੁੱਟੀ ਤੇ ਚੱਲ ਰਹੇ ਦਰਬਾਰ ਸਾਹਿਬ ਦੇ ਮੈਨੇਜਰ ਤਨਵੰਤ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਹੱਲ ਹੋ ਗਿਆ ਹੈ ਉਹਨਾਂ ਨੇ ਦੱਸਿਆ ਕਿ ਡਿਊਟੀ ਤੇ ਪਰਤਨ ਮਗਰੋਂ ਮਾਮਲੇ ਬਾਰੇ ਪਾਤੀ ਸਿੰਘਾਂ ਨਾਲ ਗੱਲਬਾਤ ਵੀ ਕਰਨਗੇ ਹਾਸਲ ਜਾਣਕਾਰੀ ਅਨੁਸਾਰ ਦਰਬਾਰ ਸਾਹਿਬ ਸਮੂਹ ਦੇ ਵਿੱਚ ਸੰਗਤ ਵੱਲੋਂ ਵਕ ਵਕ ਥਾਵਾ ਤੇ ਅਖੰਡ ਪਾਠ ਕਰਵਾਏ ਜਾਂਦੇ ਹਨ ਅਖੰਡ ਪਾਠ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਪਾਠੀ ਹਨ ਜਿਨ੍ਹਾਂ ਨੇ ਆਪਣੇ ਇੱਕ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਇਸ ਜਥੇਬੰਦੀ ਦੇ ਪੰਜਾਬ ਭਾਗ ਦੇ ਵਿੱਚ ਲਗਭਗ 8000 ਮੈਂਬਰ ਹਨ ਇਸ ਜਥੇਬੰਦੀ ਦੇ ਮੈਂਬਰਾਂ ਨੇ ਵੀਰਵਾਹ ਨੂੰ ਦਰਬਾਰ ਸਾਹਿਬ ਸਮੂਹ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਕਿਲਾਫ਼ ਰੋਸ ਜਤਾਇਆ ਜਥੇਬੰਦੀ ਦੇ ਪ੍ਰਧਾਨ ਗੁਰੂ ਗੁਰਮੁਖ ਸਿੰਘ ਨੇ ਦੱਸਿਆ ਕਿ ਵਕ ਵਕ ਥਾਵਾ ਤੇ ਅਖੰਡ ਪਾਠ ਦੀ ਅਰੰਭਤਾ ਵਾਸਤੇ ਕਮੇਟੀ ਵੱਲੋਂ ਆਪਣੇ ਸੇਵਾਦਾਰ ਪੇਜਿੱਤੇ ਗਏ ਹਨ ਜਿਸ ਨਾਲ ਉਹਨਾਂ ਨੇ ਵਿਰੋਧ ਕੀਤਾ ਹੈ ਸੁਰੱਖਿਆ ਫੋਰਸਾਂ ਦੇ ਵੱਲੋਂ ਤਲਾਸ਼ੀ ਮੁਹਿੰਮ ਦੌਰਾਨ ਹਿੰਸਾ ਪੀੜਿਤ ਮਨੀਪੁਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 8 ਫਾਇਰ ਆਰਮਸ 112 ਕਾਰਤੂਸ ਅਤੇ 6 ਵਿਸਫੋਟਕ ਬਰਾਮਦ ਕੀਤੇ ਗਏ ਪੁਲਿਸ ਨੇ ਦੱਸਿਆ ਕਿ ਬਰਾਮਦਗੀ ਨੂੰ ਵਿਸ਼ਨ ਵਿਸ਼ਨੂਪੁਰ ਚੁਰਾ ਚਾਂਦਪੁਰ ਤੰਗਨੋਪਾਲ ਕੰਗਪੋਕਪੀ ਅਤੇ ਇਮਫਾਲ ਪਸ਼ਵੀ ਜ਼ਿਲ੍ਹਿਆਂ ਤੋਂ ਬਰਾਮਦ ਕੀਤਾ ਗਿਆ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਕੁਝ ਥਾਵਾਂ ਤੇ ਗੋਲੀਬਾਰੀ ਅਤੇ ਪ੍ਰਦਰਸ਼ਨਕਾਰੀਆਂ ਦੇ ਇਕੱਠੇ ਹੋਣ ਦੀਆਂ ਮਾਮੂਲੀ ਘਟਨਾਵਾਂ ਕਾਰਨ ਸੂਬੇ ਚ ਸਥਿਤੀ ਤਣਾਪੂਰਨ ਬਣੀ ਹੋਈ ਹੈ ਤੈਂਗਨੋਪਾਲ ਜ਼ਿਲ੍ਹੇ ਦੇ ਤਲਾਸ਼ੀ ਮੀਮ ਦੌਰਾਨ 6 ਬੰਕਰ ਵੀ ਤਬਾਹ ਕਰ ਦਿੱਤੇ ਗਏ ਪੁਲਿਸ ਨੇ ਇਹ ਵੀ ਦੱਸਿਆ ਹੈ ਕਿ ਮੰਗਲਵਾਰ ਨੂੰ ਨਾਰਕੋਟੈਕਸਟ ਐਂਡ ਬਾਰਡਰ ਦੇ ਸੂਹੀਆਂ ਨੇ ਇਮਫਾਲ ਪੂਰਬੀ ਜ਼ਿਲ੍ਹੇ ਦੇ ਮੰਤਰੀ ਪੁਖਰੀ ਖੇਤਰ ਤੋਂ ਕੋਡੀਨ ਵਾਸਪੋਟਕ ਇੱਕ OPO D ਐਨਾਲਜਿਕ سیرਪ ਦੀਆਂ 1240 ਸ਼ੀਸ਼ੀਆਂ ਦੇ ਨਾਲ ਅਸਾਮ ਤੋਂ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗੋਮੀ ਸਾ ਮੋਰਚੇ ਦੇ ਪ੍ਰਦਰਸ਼ਨ ਨੂੰ ਖਤਮ ਕਰਨ ਚ ਸਫਲਤਾ ਦੇ ਸਵਾਲ ਚੁੱਕਦੇ ਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 15 ਦਿਨਾਂ ਦਾ ਹੋਰ ਸਮਾਂ ਦਿੰਦਿਆਂ ਕਾਰਵਾਈ ਦੀ ਆਖਰੀ ਮੌਕਾ ਦਿੱਤਾ ਹੈ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕ ਕੇ ਅਗਲੀ ਸੁਣਵਾਈ ਤੇ ਜਾਣਕਾਰੀ ਦੇਣ ਦਾ ਹੁਕਮ ਦਿੱਤਾ ਹੈ ਸੁਣਵਾਈ ਦੇ ਦੌਰਾਨ ਅਦਾਲਤ ਨੇ ਦੱਸਿਆ ਕਿ ਹੁਣ ਸਿਰਫ 30 ਪ੍ਰਦਰਸ਼ਨਕਾਰੀ ਹੀ ਹਨ ਇਸਤੇ ਪਟੀਸ਼ਨਰ ਨੇ ਇਹ ਕਿਹਾ ਕਿ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੇ ਲਈ ਪੁਲਿਸ ਦੇ 500 ਜਵਾਨ ਅਤੇ ਰੈਪਿਡ ਐਕਸ਼ਨ ਫੋਰਸ ਤਾਇਨਾਤ ਹੈ ਹੁਣ ਜਨਤਾ ਨੂੰ ਮੋਰਚੇ ਦੇ ਲੋਕਾਂ ਤੋਂ ਘੱਟ ਅਤੇ ਪੁਲਿਸ ਦੀ ਬੈਰੀਕੇਡਿੰਗ ਤੋਂ ਪਰੇਸ਼ਾਨੀ ਜ਼ਿਆਦਾ ਹੋ ਰਹੀ ਹੈ ਅਦਾਲਤ ਨੂੰ ਦੱਸਿਆ ਗਿਆ ਹੈ ਕਿ ਮੋਰਚੇ ਦਾ ਵਫਦ ਰਾਜਪਾਲ ਨਾਲ ਮੁਲਾਕਾਤ ਕਰ ਚੁੱਕਿਆ ਹੈ ਅਤੇ ਮਾਮਲੇ ਦਾ ਛੇਤੀ ਹੀ ਹੱਲ ਨਿਕਲ ਜਾਵੇਗਾ ਇਸ ਲਈ ਸਰਕਾਰ ਨੇ ਕੁਝ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਹੈ ਇਸ ਤੇ ਜਸਟਿਸ ਜੀ ਐਸ ਸੰਧਾ ਵਾਲੀਆ ਅਤੇ ਜਸਟਿਸ ਹਰਪ੍ਰੀਤ ਕੋਰ ਜੀਵਨ ਦੀ ਬੈਂਚ ਨੇ 15 ਦਿਨ ਦਾ ਹੋਰ ਸਮਾਂ ਦਿੱਦਿਆਂ ਮਾਮਲੇ ਨੂੰ 5 ਸਤੰਬਰ ਲਈ ਮੁਲਤਵੀ ਕਰਦਿਆਂ ਇਹ ਕਿਹਾ ਕਿ 10 ਮਾਰਚ ਦੇ ਹੁਕਮ ਨੂੰ ਲਾਗੂ ਕੀਤਾ ਜਾਵੇ 10 ਮਾਰਚ ਨੂੰ ਹਾਈ ਕੋਰਟ ਨੇ ਦੂਜੀ ਧਿਰ ਨੂੰ ਯਕੀਨ ਕਰਨ ਲਈ ਸਾਰੇ ਕਦਮ ਚੁੱਕਣ ਨੂੰ ਕਿਹਾ ਸੀ ਕਿ ਮੁਹਾਲੀ ਜ਼ਿਲ੍ਹੇ ਤੋਂ ਚੰਡੀਗੜ੍ਹ ਵੱਲ ਜਾਣ ਵਾਲੀ ਕਿਸੇ ਵੀ ਸੜਕ ਨੂੰ ਬੰਦ ਨਹੀਂ ਹੋ ਦਿੱਤਾ ਜਾਵੇ ਸੜਕ ਤੇ ਪ੍ਰਦਰਸ਼ਨਕਾਰੀਆਂ ਤੋਂ ਯਾਤਰੀਆਂ ਤੇ ਆਮ ਆਦਮੀ ਨੂੰ ਮੁਸ਼ਕਲ ਹੋਣ ਤੋਂ ਇਲਾਵਾ ਨਾਗਰਿਕਾਂ ਦੀ ਜਾਨ ਮੰਨ ਲੂ ਵੀ ਖਤਰਾ ਹੋ ਰਿਹਾ ਹੈ ਅਦਾਲਤ ਨੇ ਵੀ ਕਿਹਾ ਕਿ ਅਧਿਕਾਰੀਆਂ ਲੰਬੇ ਸਮੇਂ ਤੋਂ ਆਪਣੇ ਕਦਮ ਪਿੱਛੇ ਖਿੱਚ ਰਹੇ ਹਨ ਅਤੇ ਜਨਤਕ ਸੜਕਾਂ ਨੂੰ ਅਲ ਮਿੱਥੇ ਸਮੇਂ ਤੱਕ ਬੰਦ ਕਰਨ ਦੀ ਮਜਬੂਰੀ ਨਹੀਂ ਦਿੱਤੀ ਜਾ ਸਕਦੀ ਏ ਸੰਜੀ ਦੇਸ਼ ਵਿਦੇਸ਼ ਦੀਆਂ ਕੁਝ ਖਾਸ ਚੋਣਵੀਆਂ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮਿਲ ਯੂਐਸਟੀਵੀ ਦੇ ਨਾਲ